अरे दर्शकों सत श्री अकाल, मैं हाँ परविंदर कौर। सो असी अज पहुँचे है गए हैं नवे नवेले विधायक शीतल अंगुराल जी के ऑफिस, सो इतने उन्होंने जेडे आप दे जलंधर उप प्रधान आ उन्होंने गल करांगे। हाँ जी सर, सब तो पहले तुहानू बहुत बहुत मुबारक। तुहानू भी जी। असी जो भी सानू लोगों ने मौका दिता एक मौके पर असी खरे उतरांगे कि जिहड़ी भी उन्होंने विश्वास के नाल सानू वोटां पा के पूरे पंजाब दे विच मौका दिता है, असी वो मौके पर खरा उतर के जो भी उन्हां दी प्रॉब्लम है उन्होंने सोल्व करावांगे। सो सर देखिया कि जलंधर दे विच जिहड़े पहली पॉलिटिशियंस रही हैगी है कांग्रेसी रहे आ, उत्थे देखांगे कि जिहड़े उन्हां दे प्रधान हुंदे सी जां वार्ड प्रधान हो गए जां विधायक हो गए, वह सिर्फ उन्हां लोकां नूं मिलदे सी कि जिहड़े उन्हां दे बड़े खासम खास हुंदे सी। ਤੁਹਾਡੀ ਪਾਰਟੀ 'ਚ ਇੱਦਾਂ ਦਾ ਸਾਨੂੰ ਦੇਖਣ ਨੂੰ ਮਿਲੇਗਾ ਕਿ ਤੁਸੀਂ ਹਰ ਇੱਕ ਲੋਕਾਂ ਨੂੰ ਮਿਲੋਗੇ, ਆਮ ਲੋਕਾਂ ਨੂੰ ਮਿਲੋਗੇ? ਹੈਨਰੀ ਜੀ ਨੂੰ ਬਹੁਤ ਹੀ ਮਾੜੀ ਇਹ ਗੱਲ ਕੀਤੀ ਉਹਨਾਂ ਨੇ, ਆਪਣੇ ਵਰਕਰਾਂ ਨੂੰ ਉਹਨਾਂ ਨੂੰ ਇਸ ਟਾਈਮ ਸਜ਼ਾ ਦੇ ਦੇਣੀ ਚਾਹੀਦੀ ਸੀ, ਪੁਲਿਸ ਦੇ ਹਵਾਲੇ ਕਰ ਦੇਣਾ ਚਾਹੀਦਾ ਸੀ। ਸੋ ਸਰ ਜਿਨ੍ਹਾਂ ਵੱਲੋਂ ਅਪੱਧਰ ਵਿਵਹਾਰ ਕੀਤਾ ਗਿਆ ਕਿਸ਼ਨ ਲਾਲ ਸ਼ਰਮਾ ਜੀ ਦੇ ਨਾਲ, ਉਹਨਾਂ ਦੇ ਉੱਤੇ ਪਰਚੇ ਹੋਣਗੇ, ਕਾਰਵਾਈਆਂ ਹੋਣਗੀਆਂ? ਬਿਲਕੁਲ ਜੀ, ਜਿਹੜਾ ਗਲਤ ਕਰੇਗਾ ਉਹਦੇ ਉੱਤੇ ਕਾਰਵਾਈ ਹੋਏਗੀ। ਇਹ ਨਹੀਂ ਕਿ ਪਾਰਟੀ ਸਾਡੀ ਅਲੱਗ ਹੈ, ਪਰ ਇਨਸਾਨ ਤਾਂ ਇਨਸਾਨ ਹੀ ਹੈ ਨਾ, ਅਸੀਂ ਹਰ ਇਨਸਾਨ ਦਾ ਸਾਥ ਦਿਆਂਗੇ ਜਿਹੜਾ ਬੰਦਾ ਸਹੀ ਹੋਏਗਾ। ਇਤਿਹਾਸਿਕ ਜਿੱਤ, ਇਹਦਾ ਸ਼੍ਰੇਅ ਕਿਹਨੂੰ ਦਿੰਦੇ ਹੋ? ਇਹਦਾ ਸ਼੍ਰੇਅ ਦੇਖੋ ਜੀ, ਇਹਦਾ ਸ਼੍ਰੇਅ ਵੈਸੇ ਤਾਂ ਆਮ ਲੋਕਾਂ ਨੂੰ ਹੀ ਜਾਂਦਾ ਹੈ, ਪੂਰੇ ਪੰਜਾਬ ਨੂੰ ਜਾਂਦਾ ਹੈ। ਸਭ ਤੋਂ ਵੱਡਾ ਸ਼੍ਰੇਅ ਜਿਹੜਾ ਸਾਡੇ ਅਰਵਿੰਦ ਕੇਜਰੀਵਾਲ ਜੀ, ਕਨਵੀਨਰ ਜੀ ਅਤੇ ਭਗਵੰਤ ਮਾਨ ਜੀ ਨੂੰ। ਸੋ ਤੁਸੀਂ ਸੁਣਿਆ ਕਿ ਜਲੰਧਰ ਆਮ ਆਦਮੀ ਪਾਰਟੀ ਦੇ ਸਮਰਥਕ, ਉਹਨਾਂ ਦਾ ਕਹਿਣਾ ਹੈਗਾ ਕਿ ਜਿਹੜੇ ਇਹ ਸਾਡਾ ਸ਼੍ਰੇਅ ਹੈਗਾ ਹਰ ਇੱਕ ਵਰਕਰ ਨੂੰ ਜਾਂਦਾ। ਸੋ ਇਸ ਤੋਂ ਬਾਅਦ 'ਚ ਜਿਹੜੇ ਇੱਥੇ ਹੋਰ ਵੀ ਸਮਰਥਕ ਆ ਉਹਨਾਂ ਨਾਲ ਵੀ ਅਸੀਂ ਗੱਲ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ। ਇਹ ਜਿਹੜੀ ਚੀਜ਼ ਹੈ ਖਤਮ ਕਰਨ ਵਾਸਤੇ ਇੱਥੇ ਪਾਰਟੀ ਦੇ ਵਿੱਚ ਆਏ ਹਾਂ, ਅਤੇ ਇਹ ਰਾਜਨੀਤੀ ਬਦਲਣ ਲਈ ਆਏ, ਰਾਜਨੀਤੀ ਨਹੀਂ ਕਰਨੀ। ਸਾਡੇ ਜਿਹੜੇ MLA ਸਾਹਿਬ ਹੈ ਇਹ ਬਹੁਤ ਹੀ ਖੁਸ਼ ਦਿਲ ਸੁਭਾਅ ਦੇ ਬੰਦੇ ਆ ਕਿ ਜਿਹੜਾ ਵੀ ਆਉਂਦਾ ਆ ਉਹਨਾਂ ਨੂੰ ਬਹੁਤ ਹੀ ਤਰੀਕੇ ਨਾਲ ਮਿਲਦੇ ਆ। ਇਹ ਨਹੀਂ ਕਿ ਤੂੰ ਪਰੇ ਅਜਾ ਜੇ ਮੇਰਾ ਖਾ ਸਕੇ, ਆਉਂਦੇ ਸਾਰਿਆਂ ਨੂੰ ਇੱਕ ਤਰ੍ਹਾਂ ਹੀ ਸਮਝਦੇ। ਸਰ ਅਸੀਂ ਜਿੱਦਣ ਇਲੈਕਸ਼ਨ ਸੀ, ਜਿੱਦਣ ਨਤੀਜੇ ਆਏ, ਅਸੀਂ ਉੱਥੇ ਇੱਕ ਚੀਜ਼ ਹੋਰ ਦੇਖੀ ਕਿ ਜਿੱਦਾਂ ਹੀ ਬਾਬਾ ਹੈਨਰੀ ਜਿੱਤੇ ਅਤੇ ਜਿਹੜੇ KD ਭੰਡਾਰੀ ਦੇ ਸਮਰਥਕ ਸੀ ਕਿਸ਼ਨ ਲਾਲ ਸ਼ਰਮਾ ਉਪਲਬਧ ਹੋਈ ਹੈਗੀ ਹੈ, ਕੀ ਕਹੋਗੇ ਤੁਸੀਂ? ਮੈਮ ਬਹੁਤ ਖੁਸ਼ੀ ਦੀ ਗੱਲ ਹੈ, ਇਸ ਵੇਲੇ ਸ਼ੀਤਲ ਜੀ ਇੱਥੇ ਨੇ, ਪਹਿਲੇ ਆਪਾਂ ਉਹਨਾਂ ਨੂੰ ਮਿਲਾਂਗੇ। ਬਾਕੀ ਰੈਸਟ ਇਹ ਹੈ ਕਿ ਜੋ ਕੇਜਰੀਵਾਲ ਸਾਹਿਬ, ਭਗਵੰਤ ਮਾਨ ਜੀ ਦਾ ਸੁਨਹਿਰਾ ਉਹਨਾਂ ਨੇ ਸੁਪਨਾ ਦੇਖਿਆ ਸੀ ਪੰਜਾਬ ਵਾਸਤੇ, ਉਹ ਲੋਕਾਂ ਨੇ ਆਪਣੇ ਦਿਲਾਂ ਤੋਂ ਪੂਰਾ ਕੀਤਾ ਹੈ। 92 ਸੀਟਾਂ ਨਾਲ ਜਿੱਤ ਕੇ ਉਹਨਾਂ ਨੇ ਪੰਜਾਬ ਨੂੰ ਇੱਕ ਨਵਾਂ ਰੂਪ ਦਿੱਤਾ, ਨਵੀਂ ਰੇਖਾ ਦਿੱਤੀ ਹੈ। ਜੋ ਉਹਨਾਂ ਦੇ ਜਿਹੜੇ ਐਜੂਕੇਸ਼ਨ ਡਿਪਾਰਟਮੈਂਟ ਹੋ ਗਏ ਉੱਥੇ ਸੁਧਾਰ ਹੋਏਗਾ ਸਰ? ਦੇਖੋ ਜੀ, ਉਹਨਾਂ ਦੀ ਭਗਵੰਤ ਮਾਨ ਸਾਹਿਬ ਦੀ ਪਹਿਲੇ ਦਿਨ ਹੀ ਬਿਆਨ ਸੀ ਕਿ ਮੇਰਾ ਪਹਿਲਾ ਵਾਅਦਾ ਹੋਏਗਾ ਨੌਕਰੀਆਂ ਜਨਰੇਟ ਕਰਨ ਦਾ। ਜੇ ਇੰਪਲੋਇਮੈਂਟ ਜਨਰੇਟ ਹੋ ਗਈ ਤਾਂ ਕਿਸੇ ਬੰਦੇ ਨੂੰ ਬਾਹਰ ਕੈਨੇਡਾ ਜਾਣ ਦੀ ਲੋੜ ਨਹੀਂ ਪੈਣੀ। ਈਵਨ ਯੂਕਰੇਨ ਵਾਸਤੇ ਉਹਨਾਂ ਨੇ ਬੋਲਿਆ ਸੀ ਕਿ ਜਿਹੜੇ MBBS ਦੀ ਸੀ ਕਰੋੜ ਰੁਪਏ ਇੱਥੇ ਫੀਸ, ਉਹ ਵੀ ਘਟਾਵਾਂਗੇ। ਜਿਹੜੇ ਬੰਦੇ ਜਿਨ੍ਹਾਂ ਦੀ ਸੋਚ ਹੀ ਐਜੂਕੇਸ਼ਨ ਤੋਂ ਸ਼ੁਰੂ ਹੋ ਰਹੀ ਹੈ, ਸੋਚੋ ਕਿੱਥੇ ਲੈ। ਐਡੀ ਵੱਡੀ ਜਿੱਤ ਉਪਲਬਧ ਕੀਤੀ ਹੈ ਆਮ ਆਦਮੀ ਪਾਰਟੀ ਨੇ, ਕੀ ਕਹੋਗੇ? ਦੇਖੋ, ਜਿਹੜੀ ਐਡੀ ਵੱਡੀ ਜਿੱਤ ਹੋਈ ਹੈ ਨਾ ਆਮ ਆਦਮੀ ਪਾਰਟੀ ਦੀ, ਇਹ ਲੋਕਾਂ ਦਾ ਵਿਸ਼ਵਾਸ, ਲੋਕਾਂ ਦਾ ਇਮਾਨਦਾਰੀ ਇਸ ਪਾਰਟੀ ਦੇ ਉੱਤੇ, ਬੜਾ ਹੀ ਉਹਨਾਂ ਨੂੰ ਮਾਣ ਸੀਗਾ ਕਿ ਇਹ ਪਾਰਟੀ ਆਏਗੀ ਅਤੇ ਸਾਡਾ ਸੁਧਾਰ ਹੋਏਗਾ। ਆਮ ਇਨਸਾਨ ਜਿਹੜਾ ਇਹੀ ਸੋਚਦਾ ਸੀਗਾ ਕਿ ਇਹ ਪਾਰਟੀ ਆਏ ਅਤੇ ਸਾਡਾ ਫਾਇਦਾ ਹੀ ਹੋਣਗੇ, ਸਾਨੂੰ ਹਰ ਮੁਸ਼ਕਲਾਂ 'ਚੋਂ ਇਹ ਪਾਰਟੀ ਕੱਢੇਗੀ। ਜਿਹੜੀ ਕਾਂਗਰਸ ਅਕਾਲੀ ਹੈ, ਇਹਨਾਂ ਨੇ 25-25 ਸਾਲ ਰਾਜ ਕਰਕੇ